ਹਾਲ ਟੈਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਅਕਸਰ ਹੀ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ ਜਿਸ ਦੇ ਵਿੱਚ ਜੇਲਾ ਦੇ ਵਿੱਚੋਂ ਫੋਨ ਬਰਾਮਦ ਹੁੰਦੇ ਹੋਣਗੇ ਅਤੇ ਇਹ ਵੀ ਇਲਜ਼ਾਮ ਲਗਾਤਾਰ ਲੱਗਦੇ ਰਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਨੂੰ ਨਸ਼ਾ ਵੀ ਜਿਹੜਾ ਮਿਲਦਾ ਕਿਉਂਕਿ ਸਾਰੀ ਨਸ਼ਾ ਤਸਕਰੀ ਜਿਹੜੀ ਹੈ ਇਹ ਗੱਲ ਕਹੀ ਜਾਂਦੀ ਹੈ ਵੀ ਕਾਫੀ ਜਿਹੜੀ ਨਸ਼ਾ ਤਸਕਰੀ ਜੇਲਾਂ ਦੇ ਵਿੱਚ ਵੀ ਚੱਲਦੀ ਆ ਤਾਂ ਉਸ ਦੇ ਵਿੱਚ ਹੀ ਗੋਇੰਦਵਾਲ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਆ ਹੁਣ ਤੁਹਾਨੂੰ ਦੱਸ ਦਿੰਦੇ ਆ ਸਪੈਸ਼ਲ ਟਾਸਕ ਫੋਰਸ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਅਤੇ ਇਸ ਦੇ ਵਿੱਚ ਕੀ ਹੋਇਆ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਵੀ ਇੱਕ ਵਿਅਕਤੀ ਜਿਹੜਾ ਕਾਫੀ ਰੈਕਟ ਉੱਥੇ ਚਲਾ ਰਿਹਾ ਸੀਗਾ ਅਤੇ ਜਾਂਚ ਵੀ ਕਿਸੇ ਪ੍ਰਕਾਰ ਨਾਲ ਕਿਸੇ ਨੂੰ ਵੀ ਕਰਨ ਨਹੀਂ ਦਿੱਤੀ ਜਾਂਦੀ ਸੀ ਜੇ ਕੋਈ ਜਾਂਚ ਕਰਨ ਆਂਦਾ ਸੀ ਕੋਈ ਚੈਕਿੰਗ ਕਰਨ ਆਂਦਾ ਸੀ ਕੋਈ ਇਹ ਪਾਲਣ ਆਂਦਾ ਸੀਗਾ ਵੀ ਫੋਨ ਹੈ ਯਾ ਨਹੀਂ ਹੈ ਤਾਂ ਉਹਨੂੰ ਚੈਕਿੰਗ ਨਹੀਂ ਕੀਤੀ ਜਾਂਦੀ ਸੀ ਤਾਂ ਪੂਰਾ ਰੈਕਡ ਜਿਹੜਾ ਚਲਾਇਆ ਜਾ ਰਿਹਾ ਸੀ ਪਰ ਹੁਣ ਡਿਪਟੀ ਜੇਲ ਸੁਪਰਡੈਂਟਡ ਬਲਬੀਰ ਸਿੰਘ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਗਈ ਆ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹ ਵੀ ਗੱਲ ਕਹੀ ਜਾਂਦੀ ਆ ਜਦੋਂ ਸੁਪਰੀਡੈਂਟ ਰਾਉਂਡ ਤੇ ਆਉਂਦੇ ਸਨ ਚੈਕਿੰਗ ਕਰਨ ਵਾਸਤੇ ਆਉਂਦੇ ਸਨ ਤਾਂ ਇਹ ਡਿਪਟੀ ਸੁਪਰੀਡੈਂਟ ਕਹਿ ਦਿੰਦਾ ਸੀ ਵੀ ਮੈਂ ਪੂਰੀ ਤਰ੍ਹਾਂ ਕੇਨਾਲ ਜਾਂਚ ਕਰ ਲਈ ਆ ਕਿਸੇ ਕੋਲ ਵੀ ਕੁਝ ਵੀ ਬਰਾਮਦ ਨਹੀਂ ਹੋਇਆ ਜਦਕਿ ਇੱਥੇ ਕੈਦੀਆਂ ਕੋਲ ਫੋਨ ਵੀ ਸਨ ਅਤੇ ਇਸੇ ਪ੍ਰਕਾਰ ਦਾ ਨਸ਼ਾ ਵੀ ਜਿਹੜਾ ਹੈ ਉਹਨਾਂ ਨੂੰ ਮਿਲ ਰਿਹਾ ਸੀਗਾ ਅਤੇ ਸਭ ਤੋਂ ਵੱਡੀ ਗੱਲ ਜੇ ਗੱਲ ਕਰਦੇ ਆ ਇੱਕ ਗੈਂਗਸਟਰ ਜਿਹੜਾ ਹੁਣ ਫਰਾਰ ਹੈ ਤੈਨੂੰ ਉਸ ਤੋਂ ਵੀ ਇਸ ਜੇਲ ਦੇ ਵਿੱਚ ਰਹਿ ਕੇ ਗਿਆ ਹੋਇਆ ਅਤੇ ਉਹ ਵੀ ਜਿਹੜਾ ਆਪਣਾ ਸਾਰਾ ਰੈਕર્ડ ਜਿਹੜਾ ਹੈ ਇੱਥੋਂ ਚਲਾ ਰਿਆ ਸੀ ਪੂਰਾ ਨੈਕਸਸ ਚਲਾ ਰਿਆ ਸੀਗਾ ਅਤੇ ਇਸ ਪ੍ਰਕਾਰ ਨਾਲ ਸਾਰਾ ਕੁਝ ਹੋ ਰਿਹਾ ਤੇ ਤਾਂ ਅਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ ਵੀ ਗੋਇੰਦਵਾਲ ਜੇਲ ਦਾ ਇਹ ਜਿਹੜਾ ਡਿਪਟੀ ਜੇਲ ਸੁਪਰੀਟੈਂਡੈਂਸੀ ਅਤੇ ਹੁਣ ਇਸ ਦੇ ਖਿਲਾਫ ਕਾਰਵਾਈ ਕੀਤੀ ਆ ਗ੍ਰਿਫਤਾਰ ਇਸ ਨੂੰ ਕਰ ਲਿਆ ਗਿਆ ਅਤੇ ਇੱਕ ਵਾਰੀ ਤਸਵੀਰਾਂ ਵੱਲ ਤੁਸੀਂ ਵੀ ਰੋਕ ਕਰੋ ਅਤੇ ਪ੍ਰਸ਼ਾਸਨ ਨੇ ਇਸ ਤੇ ਕੀ ਗੱਲ ਕਹੀ ਆ ਤੁਸੀਂ ਵੀ ਸੁਣੋ ਬਰਾ ਸੂਣੀਆਂ ਹੋਣਗੀਆਂ ਜਿਸ ਦੇ ਵਿੱਚ ਜੇਲਾ ਦੇ ਵਿੱਚੋਂ ਫੋਨ ਬਰਾਮਤ ਹੁੰਦੇ ਹੋਣਗੇ ਅਤੇ ਇਹ ਵੀ ਇਲਜ਼ਾਮ ਲਗਾਤਾਰ ਲੱਗਦੇ ਰਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਨੂੰ ਨਸ਼ਾ ਵੀ ਜਿਹੜਾ ਮਿਲਦਾ ਕਿਉਂਕਿ ਸਾਰੀ ਨਸ਼ਾ ਤਸਕਰੀ ਜਿਹੜੀ ਹੈ ਇਹ ਗੱਲ ਕਹੀ ਜਾਂਦੀ ਹੈ ਵੀ ਕਾਫੀ ਜਿਹੜੀ ਨਸ਼ਾ ਤਸਕਰੀ ਜੇਲਾ ਦੇ ਵਿੱਚ ਵੀ ਚੱਲਦੀ ਆ ਤਾਂ ਉਸ ਦੇ ਵਿੱਚ ਹੀ ਗੋਇੰਦਵਾਲ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਆ ਹੁਣ ਤੁਹਾਨੂੰ ਦੱਸ ਦਿੰਦੇ ਆ ਸਪੈਸ਼ਲ ਟਾਸਕ ਫੋਰਸ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਅਤੇ ਇਸ ਦੇ ਵਿੱਚ ਕੀ ਹੋਇਆ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਵੀ ਇੱਕ ਵਿਅਕਤੀ ਜਿਹੜਾ ਕਾਫੀ ਰੈਕਟ ਉੱਥੇ ਚਲਾ ਰਿਹਾ ਸੀਗਾ ਅਤੇ ਜਾਂਚ ਵੀ ਕਿਸੇ ਪ੍ਰਕਾਰ ਨਾਲ ਕਿਸੇ ਨੂੰ ਵੀ ਕਰਨ ਨਹੀਂ ਦਿੱਤੀ ਜਾਂਦੀ ਸੀ ਜੇ ਕੋਈ ਜਾਂਚ ਕਰਨ ਆਂਦਾ ਸੀ ਕੋਈ ਚੈਕਿੰਗ ਕਰਨ ਆਂਦਾ ਸੀ ਕੋਈ ਇਹ ਪਾਲਣ ਆਂਦਾ ਸੀਗਾ ਵੀ ਫੋਨ ਹੈ ਯਾ ਨਹੀਂ ਹੈ ਤਾਂ ਉਹਨੂੰ ਚੈਕਿੰਗ ਨਹੀਂ ਕੀਤੀ ਜਾਂਦੀ ਸੀ ਤਾਂ ਪੂਰਾ ਰੈਕਡ ਜਿਹੜਾ ਚਲਾਇਆ ਜਾ ਰਿਹਾ ਸੀ ਪਰ ਹੁਣ ਡਿਪਟੀ ਜੇਲ ਸੁਪਰਡੈਂਟ ਬਲਬੀਰ ਸਿੰਘ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਗਈ ਆ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹ ਵੀ ਗੱਲ ਕਹੀ ਜਾਂਦੀ ਆ ਜਦੋਂ ਸੁਪਰੀਡੈਂਟ ਰਾਉਂਡ ਤੇ ਆਉਂਦੇ ਸਨ ਚੈਕਿੰਗ ਕਰਨ ਵਾਸਤੇ ਆਉਂਦੇ ਸਨ ਤਾਂ ਇਹ ਡਿਪਟੀ ਸੁਪਰੀਡੈਂਟ ਕਹਿ ਦਿੰਦਾ ਸੀ ਵੀ ਮੈਂ ਪੂਰੀ ਤਰ੍ਹਾਂ ਕੈਨਾਲ ਜਾਂਚ ਕਰ ਲਈ ਆ ਕਿਸੇ ਕੋਲ ਵੀ ਕੁਝ ਵੀ ਬਰਾਮਦ ਨਹੀਂ ਹੋਇਆ ਜਦਕਿ ਇੱਥੇ ਕੈਦੀਆਂ ਕੋਲ ਫੋਨ ਵੀ ਸਨ ਅਤੇ ਇਸੇ ਪ੍ਰਕਾਰ ਦਾ ਨਸ਼ਾ ਵੀ ਜਿਹੜਾ ਹੈ ਉਹਨਾਂ ਨੂੰ ਮਿਲ ਰਿਹਾ ਸੀਗਾ ਅਤੇ ਸਭ ਤੋਂ ਵੱਡੀ ਗੱਲ ਜੇ ਗੱਲ ਕਰਦੇ ਆ ਇੱਕ ਗੈਂਗਸਟਰ ਜਿਹੜਾ ਹੁਣ ਫਰਾਰ ਹੈ ਤੈਨੂੰ ਉਸ ਤੋਂ ਵੀ ਇਸ ਜੇਲ ਦੇ ਵਿੱਚ ਰਹਿ ਕੇ ਗਿਆ ਹੋਇਆ ਅਤੇ ਉਹ ਵੀ ਜਿਹੜਾ ਆਪਣਾ ਸਾਰਾ ਰੈਕਟ ਜਿਹੜਾ ਇੱਥੋਂ ਚਲਾ ਰਿਹਾ ਸੀ ਪੂਰਾ ਨੈਕਸਸ ਚਲਾ ਰਿਹਾ ਸੀਗਾ ਅਤੇ ਇਸ ਪ੍ਰਕਾਰ ਨਾਲ ਸਾਰਾ ਕੁਝ ਹੋ ਰਿਹਾ ਤੇ ਤਾਂ ਅਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ ਵੀ ਗੋਇੰਦਵਾਲ ਜੇਲ ਦਾ ਇਹ ਜਿਹੜਾ ਡਿਪਟੀ ਜੇਲ ਸੁਪਰੀਟੈਂਡੈਂਸੀ ਅਤੇ ਹੁਣ ਇਸ ਦੇ ਖਿਲਾਫ ਕਾਰਵਾਈ ਕੀਤੀ ਆ ਗ੍ਰਿਫਤਾਰ ਇਸ ਨੂੰ ਕਰ ਲਿਆ ਗਿਆ ਅਤੇ ਇੱਕ ਵਾਰੀ ਤਸਵੀਰਾਂ ਵੱਲ ਤੁਸੀਂ ਵੀ ਰੋਕ ਕਰੋ ਅਤੇ ਪ੍ਰਸ਼ਾਸਨ ਨੇ ਇਸ ਤੇ ਕੀ ਗੱਲ ਕਹੀ ਆ ਤੁਸੀਂ ਵੀ ਸੁਣੋ ਬਰਾਸੋਨੀ